ਅੱਖ ਨੇੜੇ ਤੋਂ ਖੂਨੋ ਖੂਨ ਹੋਇਆ ਇਹ ਬੰਦਾ ਬਹਾਦਰ ਸ਼ਰਮਾ ਹੈ। ਬਹਾਦਰ ਸ਼ਰਮਾ ਦਾ ਇਹ ਹਾਲ ਇਸ ਦਾ ਇਲਜ਼ਾਮ ਹੈ ਕਿ ਸ਼ਹਿਰ ਦੇ ਮਸ਼ਹੂਰ ਵਪਾਰੀਆਂ ਨੇ ਕੀਤਾ। ਅਸਲ 'ਚ ਬਹਾਦਰ ਸ਼ਰਮਾ ਆਪਣੇ ਟਰੈਕਟਰ ਦਾ ਕਿਰਾਇਆ ਲੈਣ ਲਈ ਜਿਵੇਂ ਹੀ ਮੁਕੇਸ਼ ਹੋਰਾਂ ਦੀ ਦੁਕਾਨ ਤੇ ਗਿਆ ਤਾਂ ਇਸ ਦੀ ਕੁੱਟਮਾਰ ਕਰ ਦਿੱਤੀ ਗਈ। ਗੱਲ ਇੱਥੇ ਹੀ ਨਹੀਂ ਮੁੱਕੀ। ਇਸ ਤੋਂ ਬਾਅਦ ਟਰੈਕਟਰ ਵਾਲੇ ਬਹਾਦਰ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਪੁਲਿਸ ਨੂੰ ਫੜਾ ਦਿੱਤਾ ਗਿਆ ਅਤੇ ਪੁਲਿਸ ਵਾਲਿਆਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਬਜਾਏ 3 ਘੰਟੇ ਥਾਣੇ ਹੀ ਬਿਠਾਈ ਰੱਖਿਆ। ਤੇ ਇੱਧਰ ਦੂਜੇ ਪਾਸੇ ਬਹਾਦਰ ਸ਼ਰਮਾ ਦਾ ਇਲਜ਼ਾਮ ਹੈ ਕਿ ਉਸ ਨੂੰ ਕੁੱਟਣ ਵਾਲੇ ਮਰਮ ਪੱਟੀਆਂ ਕਰਵਾਉਂਦੇ ਰਹੇ ਅਤੇ ਉਹ ਥਾਣੇ ਤੜਪਦਾ ਰਿਹਾ। ਪੈਸੇ ਲੈਣ ਗਿਆ ਜੀ ਯੂਨੀਅਨ ਦੇ ਦੀਕ ਦੜਵਾ ਟਰਾਂਸਪੋਰਟ, ਮੈਨੂੰ ਕਹਿੰਦੇ ਕੰਮ ਤੋਂ ਬਾਹਰ ਹੋਏ ਸਾਡੇ ਕੋਲ ਪੈਸੇ ਕਿਉਂ ਲੈਣ ਆਉਣਾ ਰੋਜ਼ ਦੀ। ਮੈਂ ਟਰੈਕਟਰਾਂ ਦੇ ਪੈਸੇ ਲੈਣ ਆਉਣਾ ਜੀ। ਮੇਰਾ 0 3795 ਨੰਬਰ ਹੈ ਜੀ, 3200 ਨੰਬਰ ਮੇਰਾ ਜੀ, 4400 ਮੇਰਾ ਜੀ, 3790 ਨੰਬਰ ਮੇਰਾ ਜੀ, ਤੇ ਮੇਰੇ ਕੋਲ 6 ਲੱਖ ਦੇ ਗੇਟ ਪਾਸ ਪਏ ਆ ਜੀ, ਆਹ ਮੌਜੂਦਾ ਥਾਣੇ ਦੇ ਅੰਦਰ ਪਏ ਆ ਜੀ। ਮੈਂ ਕਿਹਾ ਜੀ ਚਲੋ ਮੈਨੂੰ ਉਹ ਨਾ ਦਿਓ, ਮੇਰੇ ਖੁਦ ਮੇਰੇ ਪੈਸੇ ਦੇ ਦਿਓ, ਮੈਨੂੰ ਪੈਸਿਆਂ ਦੀ ਲੋੜ ਹੈ, ਮੇਰਾ ਭਰਾ ਬਿਮਾਰ ਆ, ਮੈਂ ਐਂ ਕਰਕੇ ਉਹਦਾ ਇਲਾਜ ਕਰਾਉਣਾ। ਮੈਨੂੰ ਕਹਿੰਦਾ ਤੂੰ ਉੱਤੋਂ ਪੈਸੇ ਲੈ ਲੈ। ਮੈਂ ਜਦੋਂ ਉੱਤੇ ਜਾਣ ਲੱਗਿਆ ਤਾਂ ਉਹਨਾਂ ਨੇ ਗੇਟ ਖੋਲ ਕੇ ਤੇ ਕਹਿੰਦਾ ਉਹਨਾਂ ਨੇ ਮਿਥੀ ਹੋਈ ਸੀ ਤੇ ਆਪਦੇ ਬੰਦਿਆਂ ਨੂੰ ਇਸ਼ਾਰਾ ਕਰਤਾ। ਮੈਂ ਕਿਹਾ ਉਹ ਮਰਾਰੀ ਸਾਡਾ ਕਾਰ 'ਚ ਬੈਠਾ ਸੀ, ਮੈਂ ਕਿਹਾ ਮਰਾਰੀ ਭੱਜ ਕੇ ਆ ਮੈਨੂੰ ਮਾਰਦੇ ਆ, ਇਹਨਾਂ ਨੇ ਮਿਥੀ ਸੀ, ਮੇਰੇ ਕਿਰਪਾਨਾਂ ਨਾਲ ਡਾਂਗਾਂ ਨਾਲ ਮੇਰਾ ਬੁਰਾ ਹਾਲ ਕਰਤਾ, ਮੇਰੇ ਭਰਾ ਨੂੰ ਵੜਤਾ। ਵੱਡੀ ਮੰਗ ਹੈ ਜੀ 6 ਲੱਖ ਰੁਪਇਆ ਯੂਨੀਅਨ ਦਾ ਲੈਣਾ। ਤੂੰ ਦਾਖਲ ਨਹੀਂ ਕਰਾਇਆ, 3 ਘੰਟੇ ਹੋ ਗਏ, ਸ਼ਰੇਆਮ ਕੁੱਟਿਆ ਦੁਕਾਨ ਦੇ ਵਿੱਚ, ਥਾਣੇ ਦੇ ਵਿੱਚ ਸ਼ਰੇਆਮ ਕੁੱਟਿਆ ਇਹਨਾਂ ਨੇ। ਉਧਰ ਦੂਜੇ ਪਾਸੇ ਜਿੰਦਲ ਫਾਰਮ ਵਾਲਿਆਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਪਰਚੀਆਂ ਲੈ ਕੇ ਆਇਆ ਵੀ ਮੇਰਾ ਕਿਰਾਇਆ ਰਹਿੰਦਾ, ਅਸੀਂ ਉਹਨੂੰ ਕਹਿੰਦਾ ਵੀ ਉੱਪਰ ਸਾਡਾ ਆਫਿਸ ਹੈ ਤੇ ਉੱਥੋਂ ਤੂੰ ਜਾ ਕੇ ਆਪਦਾ ਚੈੱਕ ਕਰਾ ਲਾ ਤੇ ਪੇਮੈਂਟ ਉੱਥੋਂ ਲੈ ਲਾ। ਜਦੋਂ ਇਹ ਦੇਖਿਆ ਦੁਕਾਨ 'ਤੇ ਮੈਂ, ਮੇਰਾ ਬੇਟਾ ਯੋਗੇਸ਼ ਅਤੇ ਮੇਰਾ ਭਤੀਜਾ ਸੌਰਵਜੀਤ, ਤਿੰਨੇ ਜਣੇ ਬੈਠੇ ਸੀ। ਜਦੋਂ ਉਹਨੇ ਦੇਖਿਆ ਵੀ ਇਹ ਤਾਂ ਤਿੰਨੇ ਨਹੀਂ ਹੈ, ਇਹਨੇ ਉੱਪਰ ਜਾਣ ਦੀ ਵੀ ਆਏ ਆਪਦੇ ਬਾਹਰ ਚੈਨ ਕਾਰ ਦੇ ਵਿੱਚ, ਸ਼ਾਇਦ ਚੈਨ ਕਾਰ ਸੀ ਉਹਦੇ ਵਿੱਚ ਬੈਠੇ, ਆਪਦੇ ਬੰਦਿਆਂ ਨੂੰ ਆਵਾਜ਼ ਮਾਰੀ ਆ ਜਾਓ ਜੀ। ਅਤੇ ਜਦੋਂ ਉਹ ਉਹਨਾਂ ਦੇ ਹੱਥ ਵਿੱਚ ਅਸੀਂ ਦੇਖਿਆ, ਜੋ ਬਾਹਰ ਨਿਕਲ ਕੇ ਵੇਖਿਆ, ਉਹਨੇ ਆਉਂਦੇ ਨੇ ਮੇਰੇ ਬੇਟੇ ਯੋਗੇਸ਼ 'ਤੇ ਤਲਵਾਰ ਮਾਰੀ ਅਤੇ ਫਿਰ 2-3 ਤਲਵਾਰਾਂ ਹੋਰ ਮਾਰੀਆਂ, ਉਂਗਲਾਂ 'ਤੇ ਵੀ ਤੋੜਤੀਆਂ, ਅਤੇ ਉਹਨਾਂ ਦੇ ਹੱਥ 'ਚ ਰੌਡ ਵੀ ਸੀ ਲੋਹੇ ਦੇ, ਉਹ ਬਕਾਇਦਾ ਸਾਡੇ ਕੋਲ ਉਹਦੀ ਫੁਟੇਜ ਹੈ। ਅਤੇ ਅਸੀਂ ਸਾਰੇ ਬਾਕੀ ਦਾ ਭੱਜ ਗਏ, ਬਹਾਦਰ ਸਾਡੇ ਹੱਥ ਲੱਗ ਗਿਆ, ਜੋ ਸਾਡੇ ਬੰਦੇ ਇਕੱਠੇ ਹੋਏ ਤਾਂ ਅਸੀਂ ਉਹਨੂੰ ਫੜ ਕੇ ਪੁਲਿਸ ਵਾਲਿਆਂ ਨੂੰ ਦੇ। ਸਾਡਾ ਕਾਰਨ ਨਹੀਂ, ਪਹਿਲਾਂ ਵੀ 1/2 ਘੰਟਾ ਪਹਿਲਾਂ ਸਾਡੇ ਕੋਲ ਹੋ ਕੇ ਗਏ ਹੈ ਉਹੀ ਬੰਦਾ, ਅਸੀਂ ਉਹਨੂੰ ਕੋਈ ਗੱਲ ਇਸ ਤਰ੍ਹਾਂ ਦੀ, ਸਾਡੀ ਲੜਾਈ ਨਹੀਂ ਹੋਈ ਕੋਈ, ਕੋਰਟ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਟਰਾਲੀ ਯੂਨੀਅਨ ਦੇ ਰੂਪ 'ਚ ਕਰਦਾ ਰਿਹਾ ਜੀ, ਟਰਾਲੀ ਯੂਨੀਅਨ ਦੇ ਰੂਪ 'ਚ ਹੁੰਦਾ ਤਾਂ ਸਾਨੂੰ ਕੀ ਇਤਰਾਜ ਆ, ਜੇ ਮਾਲ ਢੋਂਦੇ ਆ ਤਾਂ ਉੱਥੇ ਕਿਰਾਇਆ ਲੈ ਜਾਂਦੇ। ਇਸ ਦੇ ਨਾਲ ਹੀ ਜਦੋਂ ਡਾਕਟਰ ਤੋਂ ਪੁੱਛਿਆ ਗਿਆ ਕਿ ਮੁਕੇਸ਼ ਹੋਰਾਂ ਤੋਂ ਇਲਾਵਾ ਵੀ ਕੋਈ ਇੱਥੇ ਇਲਾਜ ਕਰਵਾਉਣ ਆਇਆ ਤਾਂ ਉਹਨਾਂ ਸਾਫ਼ ਮਨਾ ਕਰ ਦਿੱਤਾ। ਸਿਰੇ ਪੇਸ਼ੈਂਟ ਆਏ ਆ ਯੋਗੇਸ਼ ਜਿੰਦਲ, ਸਾਨੂੰ ਮੁਕੇਸ਼ ਕੁਮਾਰ ਜਿੰਦਲ ਵਿਦ ਰਜਿਸਟਰੀ ਆਫ ਅਸੋਲਟ ਨਾਲ ਆਏ ਹੈਗੇ, ਅਤੇ ਇਹਨਾਂ ਨੇ MLR ਕਟਵਾਈ ਹੈਗੀ ਹੈ। ਇੱਕ ਫੋਰਹੈਡ 'ਤੇ ਇੰਜਰੀ ਸੀ, ਬਾਕੀ ਇੱਕ ਲੈਫਟ ਹੈਂਡ 'ਤੇ 2 ਫਿੰਗਰਸ 'ਤੇ ਇੰਜਰੀ ਹੈਗੀ ਹੈ। ਉਹ MLR ਪ੍ਰਪੇਅਰ ਕਰ ਦਿੱਤੀ, ਇਹਨਾਂ ਦੇ ਸ਼ੌਪ 'ਤੇ ਹੀ ਕਹਿ ਰਹੇ ਹੈਗੇ ਸ਼ਾਇਦ ਕੁਛ ਲੜਾਈ ਹੋਈ ਹੈ। ਕੋਈ ਹੋਰ ਵੀ ਬੰਦਾ ਐਡਮਿਟ ਹੋਇਆ ਦੂਸਰੀ ਪਾਰਟੀ? ਨਹੀਂ ਸਰ, ਅਜੇ ਤਾਂ ਕੋਈ ਨਹੀਂ ਹੈ। ਪੂਰੇ ਮਾਮਲੇ 'ਚ ਕੋਈ ਵੀ ਪੁਲਿਸ ਵਾਲਾ ਤਾਂ ਕੁਝ ਬੋਲਣ ਨੂੰ ਤਿਆਰ ਨਹੀਂ, ਪਰ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨੇ ਪੁਲਿਸ ਵੱਲੋਂ ਮਜ਼ਦੂਰ ਬੰਦੇ ਨੂੰ ਥਾਣੇ ਬਿਠਾ ਕੇ ਰੱਖਣ ਨੂੰ ਲੈ ਕੇ ਹੁਣ ਗੁੱਸੇ 'ਚ ਆਵਾਜ਼ ਬੁਲੰਦ ਕੀਤੀ ਹੈ। ਥਾਣੇ ਗਿੱਦੜਵਾ ਦੇ ਵਿੱਚ ਆਇਆ ਸੀ ਸਰਦਾਰ ਬਾਜ ਸਿੰਘ, ਜੋ ਇੰਚਾਰਜ ਨੇ, ਇੱਥੇ ਸ਼ਹਿਰ ਦੇ ਵਿੱਚ ਲੜਾਈ ਹੋਈ ਆ, ਉਹ ਦੋਨਾਂ ਤਰ੍ਹਾਂ ਦੇ ਜਿਹੜੀਆਂ ਸੱਟਾਂ ਵੱਜੀਆਂ। ਮੈਨੂੰ ਪਤਾ ਲੱਗਿਆ ਕਿ ਮੈਂ ਥਾਣੇ ਦੇ ਵਿੱਚ ਆਇਆ, ਮੈਂ ਉਹਨਾਂ ਨੂੰ ਫੋਨ ਵੀ ਲਗਾਇਆ, ਮੇਰਾ ਫੋਨ ਨਹੀਂ ਚੱਕਿਆ। ਇੱਕ ਸ਼ਰਮਾ ਨਾਂ ਦਾ ਹੈ ਜਿਹਦੇ ਅੱਖ ਦੇ ਉੱਪਰ ਸੱਟ ਵੱਜੀ ਹੈ, 3 ਘੰਟੇ ਦੇ ਕਰੀਬ ਉਹ ਥਾਣੇ ਦੇ ਵਿੱਚ ਬੈਠਾ ਹੋਇਆ, ਕਾਫੀ ਉਹ ਚੀਕਾਂ ਮਾਰ ਰਿਹਾ ਸੀ। ਮੈਨੂੰ ਵੀ ਪਤਾ ਲੱਗਿਆ, ਮੈਂ ਵੀ ਗਿਆ। ਅਸੀਂ ਇਹ ਚਾਹੁੰਦੇ ਵੀ ਜਿਹਨੇ ਵੀ ਕੋਈ ਅਪਰਾਧ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਅੱਜ ਜੋ ਗਰੀਬਾਂ ਦੇ ਨਾਲ ਜੋ ਧੱਕਾ ਥਾਣੇ ਦੇ ਵਿੱਚ ਹੋ ਰਿਹਾ, ਮੈਂ ਇਹਦੀ ਨਿੰਦਿਆ ਕਰ ਰਿਹਾ। ਇਹ ਤਾਂ
ਉੱਥੋਂ ਦੇ ਕੈਮਰੇ ਦੱਸਣਗੇ ਜਿਹਨੇ ਵੀ ਕਿਸੇ ਤੇ ਹਮਲਾ ਕੀਤਾ। ਮੈਂ ਕਿਸੇ ਦੀ ਪੱਖਪਾਤ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇੱਕ ਗੱਲ ਲਈ ਇਹ ਗੱਲ ਕਹਿਣਾ ਕਿ ਪੁਲਿਸ ਦਾ ਜੋ ਬੰਦਾ ਹੱਕ ਆ ਕਿ ਉਹਨਾਂ ਨੂੰ ਲਿਜਾ ਕੇ ਉੱਥੇ ਦਾਖਲ ਕੀਤਾ ਜਾਵੇ, ਉਹਨਾਂ ਦਾ ਇਲਾਜ ਕਰਾਇਆ ਜਾਵੇ, ਜੋ ਉਹਦੀ ਕੋਈ ਪ੍ਰੋਡਕਟ ਦੇ ਵਿੱਚ ਇਹਨਾਂ ਨੂੰ ਜਾਣਕਾਰੀ ਜਿਸ ਤਰ੍ਹਾਂ ਕੋਈ ਅਪਰਾਧ ਬਣੂਗਾ ਉਹਨਾਂ ਦੇ ਉਹ ਪਰਚਾ ਪਾਇਆ ਜਾਵੇ। ਮੈਂ ਇਹੀ ਮੰਗ ਕਰਦਾ SSP ਸਾਹਿਬ ਨੂੰ ਵੀ ਏਦਾਂ ਦੇ ਇੱਕ ਬੰਦੇ ਨੂੰ ਤਾਂ ਤੁਸੀਂ ਦਾਖਲ ਕਰਾਤਾ, ਜਿਹੜੀ ਦੂਜੀ ਪਾਰਟੀ ਆ ਉਹ ਥਾਣੇ ਦੇ ਚੀਕਾਂ ਮਾਰ ਰਹੀ, ਅੱਖ ਦੇ ਉੱਪਰ ਕਾਫੀ ਵੱਡੀ ਸੱਟ ਆ, ਮੈਂ ਇਹਦੀ ਨਿੰਦਿਆ ਕਰਦਾ। ਨਾਨ ਸਾਹਿਬ ਮਿਲਿਆ ਤਾਂ ਕੱਲ ਨੂੰ ਹੋਰ ਵੀ ਵੱਡਾ ਇੱਦਾਂ ਕਰਾਂਗੇ ਅਸੀਂ ਆਪਦੇ, ਜਿੰਨੇ ਵੀ ਜਥੇਬੰਦੀਆਂ ਕੋਈ ਵੀ ਇਸ ਤਰ੍ਹਾਂ ਕੋਈ ਘਟਨਾ ਵਾਪਰਦੀ ਆ, ਅਸੀਂ ਨਹੀਂ ਚਾਹੁੰਦੇ ਕਿ ਇੱਕ ਰਾਜਨੀਤੀ ਆ ਜਿਹੜੀ ਗਿੱਦੜਾਂ ਦੀ ਉਹ ਕਿਤੇ ਨਾ ਕਿਤੇ ਅੱਜ ਜਿਹਾ ਸ਼ੱਕ ਦਾ ਲੱਗ ਰਿਹਾ ਮੈਨੂੰ ਵੀ ਗਰੀਬਾਂ ਦੇ ਨਾਲ ਇਹ ਧੱਕਾ ਹੋ ਰਿਹਾ, ਮੈਂ ਇਹਦੀ ਸਖ਼ਤ ਕਰਕੇ ਇਹਦੀ ਨਿੰਦਿਆ ਕਰਦਾ। ਫਿਲਹਾਲ ਪਹਿਲਾਂ ਤਾਂ ਕੋਈ ਵੱਡਾ ਮਜ਼ਦੂਰ ਸਰਮਾਏਦਾਰ ਤੇ ਹੱਥ ਪਾ ਲਵੇ ਇਹ ਗੱਲ ਬਹੁਤਿਆਂ ਨੂੰ ਹਜ਼ਮ ਨਹੀਂ ਆ ਰਹੀ, ਪਰ ਇੱਥੇ ਦਾ ਇੱਕ ਕਦਮ ਹੋਰ ਅੱਗੇ ਵੱਧਦਿਆਂ ਪੁਲਿਸ ਵੱਲੋਂ ਇਲਾਜ ਨਾ ਕਰਵਾਉਣ ਦੇ ਵੀ ਇਲਜ਼ਾਮ ਲੱਗੇ ਨੇ, ਜਿਸ ਦੀ ਜਾਂਚ ਬਣਦੀ ਹੈ। ਪਰ ਵੱਡਾ ਸਵਾਲ, ਇਹ ਜਾਂਚ ਕਰਵਾਏਗਾ ਕੌਣ? ਹਕੀਕਤ ਟੀਵੀ ਪੰਜਾਬੀ ਲਈ ਗਿੱਦੜਬਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ।